मृतक मरीज के परिजनों ने हॉस्पिटल के स्टाफ पर आरोप लगाया कि उनके मरीज को 1 बजे सीरियस होने के कारण डीएमसी हॉस्पिटल लुधियाना रेफर किया गया, लेकिन हॉस्पिटल के स्टाफ ने शाम 7 बजे बिल बनाकर डिस्चार्ज किया, जिसके कारण इलाज में देरी के चलते लुधियाना ले जाते वक्त मरीज की मौत हो गई। वहीं इस मामले के बारे में हॉस्पिटल मैनेजमेंट के अधिकारी जगदेव सिंह ने मरीज द्वारा लगाए गए सभी आरोपों को गलत बताते हुए कहा कि उनके हॉस्पिटल द्वारा उन्हें मरीज को लुधियाना क्रिटिकल एम्बुलेंस में ले जाने की सलाह दी थी और उन्होंने बाहर से इसका इंतजाम भी करवा दिया था, लेकिन मरीज के परिजनों ने इसके लिए मना कर दिया और नॉर्मल एम्बुलेंस में मूलभूत सुविधाओं के न होने के कारण मरीज की मौत हुई। वही इस मामले की जाँच कर रहे पुलिस अधिकारी ने कहा कि मामले की जाँच की जा रही है, जाँच के बाद बनती कार्रवाई की जाएगी। साहब से डॉक्टर संजीव सियाल पार्टिकलॉजिस्ट उन्होंने मरीज जिन्हें डैथ हुई है उन्होंने रैफर कर दिता जी डीएमसी हायर सेंटर वास्ते। साड़ी क्रिटिकल एम्बूलेंस जी है वो उस वेले डीएमसी ऑलरेडी गई हुई थी, तो असी उन्होंने कहा भी असी तुम बाहरों गाड़ी हायर कर देने। तो सर जिन्हें डैथ हुई थी उन्होंने नाम की है जी? नाम भाई की नाम बलवीर बलवीर सिंह। सर कई जगह तो रहने वाले दसुए तो कह रहे सर उन्हों का कहना है कि जिदा गड्डी दा विच कोई भी बंदा सामने नहीं दिता गया जी। क्रिटिकल केयर एम्बूलेंस साड़ी है नहीं सी, असी बाहरों मंगा के उन्होंने दी, उन्होंने वापस कर दी। अच्छा जी, गड्डी वापस कर दी गई, उन्होंने कहा सानू नॉर्मल गड्डी दे विच भेज दिओ। अच्छा जी, सर उन्हों का कहना है कि सानू 1 बजे की छुट्टी दी, 8 बजे सानू जाना है। पॉसिबल ही नहीं हो सकता जी, जे मरीज जे 1 बजे रैफर होया तो बद तो बद अद्धे पौने घंटे दे विच अरेंजमेंट करते हुए 6:30 बजे जिदे करके असि लेट हो गए। जो एम्बूलेंस लैके जा रहे सी रस्ते व्यक्ति की डैथ हो गई है, उहदे च इन्होंने सानू एप्लीकेशन दे दित्ती है, असी जो एप्लीकेशन आधार पर जो बनती कार्रवाई है अपने सीनियर अफसर के नोट्स लिया के ਕਿਹੜੇ ਹਸਪੀਟਲ ਦਾ ਤੁਹਾਨੂੰ ਇਹ ਐਸਜੀਐਲ ਹਸਪੀਟਲ ਹੈ ਜੀ ਗੜਾ। ਸਰ ਇਹਨਾਂ ਦੇ ਕੋਈ ਜਿਹੜੇ ਹਸਪੀਟਲ ਦੇ ਕਿਸੇ ਵੱਡੇ ਡਾਕਟਰ ਨਾਲ ਕੋਈ ਗੱਲ ਕੀਤੀ ਹੋਈ ਤਾਂ ਹਾਂਜੀ, ਇਹਨਾਂ ਦਾ ਜਿਹੜਾ ਹੁਣ ਇੰਚਾਰਜ ਹੈ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਦਾ ਕੀ ਕਹਿਣਾ ਸੀ? ਕਹਿੰਦੇ ਜੀ ਜਿਹੜੇ ਬੰਦੇ ਦਾ ਕਹਿ ਰਹੇ ਆ ਤੁਸੀਂ ਟਰਮੀਨੇਟ ਸਵੇਰੇ ਕਰ ਦਿਆਂਗੇ, ਟਰਮੀਨੇਸ਼ਨ ਲੈਟਰ ਦੇ ਦਿਆਂਗੇ, ਬਾਕੀ ਜੋ ਬਣਦੀ ਕਾਰਵਾਈ ਸਾਡੀ ਸੀ ਆਪਣੀ। ਤੇ ਸਰ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਜੀ? ਬਲਬੀਰ ਸਿੰਘ। ਸਰ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ? ਇਹ ਸ਼ਬਦਰਪੁਰ ਹੈਗਾ, ਇਹ ਦਸੂਏ ਲਾਗੇ ਪਿੰਡ। ਕਿਹੜਾ ਥਾਣਾ ਕਿਹੜਾ ਬੰਦਾ ਜੀ? ਸੂਆ ਥਾਣਾ ਜੀ। ਭਾਜੀ ਕੀ ਗੱਲ ਕੀ ਹੋਈ ਹੈ? ਭਾਜੀ ਭਾਜੀ ਗੱਲ ਇਹ ਹੋਈ ਕਿ ਇਹਨਾਂ ਨੇ ਕਿਹਾ ਕਿ 1 ਵਾਰੀ ਖਤ ਕਿਹਾ ਕਿ ਲੈ ਜਾਓ ਆਪਣਾ ਬੰਦਾ ਲੈ ਜਾਓ, ਇਹ ਠੀਕ ਹੈ ਤੁਸੀਂ ਅਸੀਂ ਪਰ ਪੈ ਦਿੰਦੇ ਹਾਂ ਤੁਸੀਂ ਪੇਸ਼ਰ ਠੀਕ ਹੈ। ਇਹਨਾਂ ਨੇ 1 ਵਜੇ ਤੋਂ ਲੈ ਕੇ 7 ਵਜੇ ਤੱਕ ਬਿੱਲ ਬਣਾਉਣ ਚ ਲਾ ਤੇ, 6 ਘੰਟੇ ਬਿੱਲ ਬਣਾਉਣ ਚ ਲੱਗੇ ਆ। ਕੀ ਤੁਹਾਡੀ ਇਨਸਾਨੀ ਕੇਸ ਚ ਹੈਗੀ ਮੈਂ 6 ਘੰਟੇ ਕਿਹੜਾ ਬਿੱਲ ਬਣਾਉਣ ਚ ਲੱਗਦੇ ਆ? 6 ਘੰਟੇ ਦੱਸੋ ਨਿਕਲਾ। ਬਸ ਇਹੀ ਪੁੱਛਣਾ ਚਾਹੁੰਦਾ ਆਪਣੀ ਪੰਜਾਬ ਸਰਕਾਰ ਨੂੰ ਵੀ ਤੇ ਇਸ ਹਸਪੀਟਲ ਨੂੰ ਵੀ, 6 ਘੰਟੇ ਚਾਚੇ ਦੀ ਡੈਥ ਹੋ ਗਈ ਆ, 6 ਘੰਟਾ ਬਿੱਲ ਬਣਾਉਣ ਚ ਲਾਏ ਇਹਨਾਂ ਨੇ। ਜਿਹੜੀ ਐਂਬੂਲੈਂਸ ਦਿੱਤੀ ਹੈ ਉਸ ਐਂਬੂਲੈਂਸ ਚ ਕੋਈ ਬੰਦਾ ਨੀ ਯਾਨੀ ਕਿ ਰੈਫਰ ਕੀਤਾ ਉਹਨਾਂ ਨੇ, ਜਿਹੜਾ ਡਰਾਈਵਰ ਦੀ ਵਿਚਾਰੇ ਨੇ ਉਹਨੇ ਆਕਸੀਜਨ ਲਾ ਰਿਹਾ ਮਰੀਜ਼ ਨੂੰ, ਇਹ ਕੀ ਇਨਸਾਨੀ ਦੇ ਇਹਨਾਂ ਨੇ? ਬੰਦਾ ਮਾਰ ਕੇ ਇੱਕਦਮ ਪੂਰਾ ਮਰਿਆ ਬੰਦਾ ਦੇ ਦਿੱਤਾ ਕਿ ਤੁਸੀਂ ਆਕਸੀਜਨ ਲੈ ਡਰਾਈਵਰ ਨੂੰ ਲੈ ਜਾਓ ਨਾਲ। ਕਿਹੜਾ ਹਸਪੀਟਲ ਹੈ? ਇਹ ਹੈ ਜੀ SGL। ਇੱਥੇ ਪੈਂਦਾ ਭਾਜੀ? ਹਾਂਜੀ, ਕਿੱਥੇ ਪੈਂਦਾ? ਇਹ ਗੜਾ ਰੋਡ ਤੇ ਪੈਂਦਾ। ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਕੀ ਹੈ ਭਾਜੀ? ਬਲਵੀਰ ਸਿੰਘ, ਸਾਨੂੰ ਜਸਵੰਤ ਸਿੰਘ। ਤੁਹਾਡੇ ਕੀ ਲੱਗਦੇ ਸੀ? ਮੇਰੇ ਚਾਚੇ ਚਾਚਾ ਜੀ। ਤੁਹਾਡਾ ਕੀ ਨਾਮ ਹੈ ਜੀ? ਰਮਨ ਕੁਮਾਰ। ਕਿੱਥੇ ਦੇ ਰਹਿਣ ਵਾਸੀ ਹੈ ਭਾਜੀ? ਅਸੀਂ ਦਸੂਏ ਦੇ BPO ਸਬਦਰਕੋਰ, ਤਹਿਸੀਲ ਦਸੂਹਾ, ਹੁਸ਼ਿਆਰਪੁਰ ਡਿਸਟ੍ਰਿਕਟ। ਕਿੰਨੇ ਦਿਨ ਤੋਂ ਭਾਜੀ ਆਪਾਂ ਇੱਥੇ ਐਡਮਿਟ? ਪਰਸੋਂ ਤੇ ਐਡਮਿਟ ਆਇਆ, ਬੋਲ ਰਹੇ ਕੁਛ ਨੀ, ਪਰ ਥੋੜੀ ਇਨਫੈਕਸ਼ਨ ਹੈ ਛਾਤੀ ਨੂੰ, ਹਾਰਟ ਬਿਲਕੁਲ ਸਹੀ ਹੈ, ਸਭ ਕੁਛ ਸਹੀ ਹੈ। ਬਸ ਤੁਸੀਂ ਹੁਣ ਇੱਦਾਂ ਕਰੋ, ਤੁਸੀਂ ਲੈ ਜਾਓ 1 ਵਜੇ, ਕੋਈ ਚੰਗੇ ਇਨਫੈਕਸ਼ਨ ਹੈ ਹਸਪਿਟਲ ਦਿਖਾ ਦਿਓ। ਅਸੀਂ ਇਹ ਕਿ ਇਹਨਾਂ ਬਸ ਸਾਨੂੰ ਇਹੀ ਹੈ ਦੋਸ਼ ਹੈ, ਕੋਈ ਗੱਲ ਨੀ, ਡਾਕਟਰ ਵੀ ਭਗਵਾਨ ਨਹੀਂ ਹੁੰਦਾ, ਅਸੀਂ ਇਹ ਨਹੀਂ ਕਹਿੰਦੇ ਡਾਕਟਰ ਭਗਵਾਨ ਨਹੀਂ ਹੁੰਦਾ, ਪਰ ਸਾਨੂੰ ਦੱਸ ਦਿਓ ਕਿ ਬੰਦਾ ਤੁਹਾਡੇ ਤੋਂ ਨਹੀਂ ਠੀਕ ਹੋ ਰਿਹਾ, ਸਿਰਫ ਪੈਸਾ ਬਣਾਉਣ ਲਈ ਇਸ ਹਸਪੀਟਲ ਨੇ, ਨਾਲ ਇਹਨਾਂ ਦਾ ਮੈਡੀਕਲ ਸਟੋਰ ਹੈ, ਇੱਥੋਂ ਗਲੇ ਲਿਆ ਕੇ
ਕਿਹੜੇ ਡਾਕਟਰ ਜਾਂਦੇ ਆ ਭਾਜੀ? ਕਿਹੜੇ ਡਾਕਟਰ ਇਹਨਾਂ ਦਾ ਇਲਾਜ ਕਰ ਰਹੇ ਸੀਗੇ? ਡਾਕਟਰ ਨਾਮ ਹਾਂਜੀ ਸੰਜੀਵ ਕੁਮਾਰ। ਦੇਖੋ ਇਹਨਾਂ ਨੂੰ ਲਾਈਟ ਵੀ ਬੰਦ ਕਰਤੀ ਹਸਪੀਟਲ ਦੀ। ਆਹ ਇਹਨਾਂ ਚਾਲਬਾਜ਼ੀਆਂ ਹੋ ਰਹੀਆਂ। ਇਹ ਇਨਸਾਫ ਸਾਨੂੰ ਸਿਰਫ ਇਨਸਾਫ ਚਾਹੀਦਾ। ਉਹਦੇ ਦੋ ਬੱਚੇ ਆ, ਦੋਨੇ ਕੁਆਰੇ ਆ, 18 ਸਾਲ ਉਹਦੇ ਮੁੰਡੇ ਦੀ ਉਮਰ ਆ, ਛੋਟੇ ਦੀ ਗੁੜੀ ਵਿਆਹਣ ਵਾਲੀ ਆ। ਉਹ ਆਹ ਬੇਚਾਰਾ ਜ਼ਿੰਮੇਦਾਰ ਸੀ, ਪੂਰੀ ਉਮਰ ਬੇਚਾਰਾ ਜ਼ਿੰਮੇਦਾਰੀ ਕਰ ਰਿਹਾ ਏ। ਮੌਕੇ ਤੇ ਪੁਲਿਸ ਨੂੰ ਸੱਦਿਆ ਤੁਸੀਂ? ਹਾਂਜੀ, ਮੌਕੇ ਐਸ ਐਚ ਓ ਸਾਹਿਬ ਆਏ ਹੋਏ ਨੇ। ਪਰ ਇਹਨਾਂ ਦੇ ਬੰਦਾ ਜਿਹੜਾ ਇਹਨਾਂ ਮਾਲਕ ਕਹਿ ਰਿਹਾ ਵਾ ਕਰੋੜਪਤੀ ਆ, ਜੋ ਕਰਨਾ ਕਰ ਲੈ। ਉਹਨੂੰ ਕਿਹਾ ਪਿਓ ਦਾ ਮੇਰੇ ਸਾਹਮਣੇ ਆ ਕੇ ਨੀ ਗੱਲ ਕਵੇ।